ਜੰਨੇ ਤੇ ਭਾਜੀ ਆਪਣੇ ਫਰਮ ਕਿੰਨੀ ਕੁ ਪੁਰਾਣੀ ਹੈ ਜੀ ਭਾਜੀ 1970 ਤੋਂ ਚੱਲਦੀ ਹੈ ਸਾਡੇ ਨਾ ਬਜ਼ੁਰਗਾਂ ਨੇ ਸਟਾਰਟ ਕੀਤਾ ਸੀ ਕੰਮ ਇਹ ਵਾਲਾ ਠੀਕ ਹੈ ਜੀ ਤੇ ਉਹਨਾਂ ਦੀ ਨੀਂਹ ਤੇ ਤੁਰ ਰਹੇ ਅੱਜ ਜੇ ਤੱਕ ਮੁਕਾਮ ਤੇ ਪਹੁੰਚੇ ਆ ਜੀ ਮਤਲਬ ਕਿ ਜਿੱਦਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਜਿੱਦਾਂ ਸਿਖਾਇਆ ਵਾ ਕਿ ਤੁਸੀਂ ਬਈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹਾਂਜੀ ਹਾਂਜੀ ਨਾ ਹੀ ਅਸੀਂ ਕੰਪਰੋਮਾਈਜ਼ ਕਰਦੇ ਆ ਅਸੀਂ ਕੋਈ ਵੀ ਕਸਟਮਰ ਸਾਡਾ ਕੋਈ ਆਉਂਦਾ ਹੈਗਾ ਉਹਨੂੰ ਅਸੀਂ ਪੂਰਾ ਸੈਟੀਸਫਾਈ ਕਰਕੇ ਅਸੀਂ ਭੇਜਦੇ ਆ ਆ ਸਾਰੀਆਂ ਭਾਜੀ ਪੇਂਟਾਂ ਵਾਸਤੇ ਆਈਆਂ ਜੀ ਇਹ ਰਫਲੀ ਕਿੰਨੀ ਗੱਡੀ ਪਈ ਹੋ ਸਾਰੀ ਜਿੱਦਾਂ ਆਪਣੇ ਭਾਜੀ 100 ਤੋਂ ਉੱਤੇ 100 150 ਦੇ ਉੱਤੇ ਹੋਣੀ ਹੈ ਜੀ 100 ਗੱਡੀ ਬਣਾ ਦੇ ਜੀ ਕੋਈ ਬੰਦਾ ਕੋਈ ਐਡਵਾਂਸ ਨਹੀਂ ਦੇ ਦੇਗਾ ਕਿਉਂਕਿ ਸਾਨੂੰ ਐਡਵਾਂਸ ਪੈਸੇ ਐਡਵਾਂਸ ਅਸੀਂ ਨਹੀਂ ਦੇਣੇ ਹਾਂਜੀ 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 ਅਸੀਂ ਪਹਿਲਾਂ ਕੁਆਲਿਟੀ ਦੇਖੋ ਚੈੱਕ ਕਰੋ ਉਹ ਸਾਨੂੰ ਖੁਸ਼ੀ ਨਾਲ ਹੀ ਇੰਨੇ ਪੈਸੇ ਦੇਣਾ ਕੋਈ ਨਹੀਂ ਜੀ 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 ਖੁਸ਼ ਹੋ ਕੇ ਭੇਜੀਦਾ ਮਤਲਬ ਕਿਸੇ ਨੂੰ ਨਾਰਾਜ਼ ਨਹੀਂ ਪੇਣਾ ਠੀਕ ਹੈ ਠੀਕ ਹੈ ਕਿੰਨਾ ਕੁ ਟਾਈਮ ਲੱਗ ਜਾਂਦਾ ਗੱਡੀ ਨੂੰ ਜੀ ਭਾਜੀ ਇਹਨੂੰ ਲੱਗਦਾ ਜੀ ਮਹੀਨਾ ਲੱਗ ਜਾਂਦਾ ਜੀ ਇੱਕ ਮਹੀਨਾ ਲੱਗ ਜਾਂਦਾ ਇੱਕ ਮਹੀਨਾ ਪੂਰਾ ਲੱਗ ਜਾਂਦਾ ਜੀ ਠੀਕ ਹੈ ਠੀਕ ਹੈ ਪ੍ਰੋਪਰ ਅਸੀਂ ਇਹਨੂੰ ਲੋਹਾ ਕੱਟੀ ਦੇ ਜੀ ਆ ਦੇਖੋ ਠੀਕ ਹੈ ਜੀ ਪ੍ਰੋਪਰ ਕੋਈ ਤੁਹਾਨੂੰ ਇੱਥੇ ਪੇਂਟ ਨਜ਼ਰ ਆਏਗਾ ਠੀਕ ਹੈ ਜੀ ਕੋਈ ਕੁਝ ਨਹੀਂ ਹੈ ਪ੍ਰੋਪਰ ਜੋ ਮੈਟਲ ਹੁੰਦਾ ਇਹ ਉਹ ਨਿਕਲਿਆ ਹੋਇਆ ਹਾਂ ਇਹ ਇਕੱਲਾ ਪ੍ਰਾਈਮਰ ਆ ਇੱਥੋਂ ਸਾਡਾ ਕੰਮ ਸਟਾਰਟ ਹੁੰਦਾ ਸਾਰਾ ਜੀ ਠੀਕ ਹੈ ਜੀ ਹਾਂਜੀ ਇਹਦੇ ਥੱਲੇ ਕੈਮੀਕਲ ਲੱਗਦਾ ਉਸ ਤੋਂ ਬਾਅਦ ਪ੍ਰਾਈਮਰ ਲੱਗਦਾ ਪ੍ਰਾਈਮਰ ਲੱਗਦਾ ਠੀਕ ਹੈ ਜੀ ਇਹਨਾਂ ਸਾਨੂੰ ਕੋਈ ਕੋਈ ਦਿੱਕਤ ਨਹੀਂ ਆਏਗੀ ਉਤਰਨ ਦੀ ਆਪਣੇ ਚ ਇੱਥੇ ਕਿੱਥੋਂ ਕਿੱਥੋਂ ਗੱਡੀਆਂ ਆਉਂਦੀਆਂ ਜੀ ਸਾਡੇ ਭਾਜੀ ਆਲ ਓਵਰ ਇੰਡੀਆ ਤੋਂ ਹੀ ਆਉਂਦੀਆਂ ਜੀ ਆਲ ਇੰਡੀਆ ਤੋਂ ਆਲ ਇੰਡੀਆ ਤੋਂ ਆਉਂਦੀਆਂ ਨਾਰਥ ਸਾਈਡ ਨਾਰਥ ਸਾਊਥ ਤੋਂ ਸਾਊਥ ਸਾਈਡ ਤੋਂ ਹਰ ਇੱਕ ਜਗ੍ਹਾ ਤੋਂ ਸਾਡੇ ਤੋਂ ਆਉਂਦੀਆਂ ਜੀ ਸਾਊਥ ਇੰਡੀਆ ਤੋਂ ਵੀ ਆਉਂਦੀਆਂ ਹੈ ਬਹੁਤ ਤੋਂ ਵੀ ਆਉਂਦੀਆਂ ਜੀ ਕਾਫੀ ਪੰਜਾਬ ਤੇ ਹੈਗਾ ਹੈਗਾ ਆ ਪੰਜਾਬ ਦਾ ਹੈ ਜੰਮੂ ਕਸ਼ਮੀਰ ਵਗੈਰਾ ਹਾਂਜੀ ਸਾਰੇ ਪੰਜਾਬ ਰਾਜਸਥਾਨ ਸ਼੍ਰੀਨਗਰ ਬਾਰਾਮੂਲਾ ਅਨਮੋਲ ਰਾਜਸਥਾਨ ਬੰਗਲੌਰ ਹਾਂਜੀ ਹਾਂਜੀ ਦੂਰ ਦੂਰ ਆਉਂਦੇ ਹੈਗੇ ਆ ਮਤਲਬ ਕਿ ਇਹਦਾ ਬਹੁਤ ਮੇਨ ਮੇਨ ਬੰਦੇ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਹੈਗੇ ਆ ਹਾਂਜੀ ਦੇਖੀ ਬੁਲਟ ਵਾਲੇ ਹੋ ਹਾਂਜੀ ਗ੍ਰਾਮ ਵਾਲੇ ਹਾਂਜੀ ਹਾਂਜੀ ਉਹ ਸਭ ਇੱਥੋਂ ਹੀ ਤਰ੍ਹਾਂ ਹੋਰ ਕਿਹੜੇ ਕਿਹੜੇ ਜਿਹੜੇ ਬੰਦੇ ਹੈਗੇ ਆ ਹੈਪੀ ਹੋਣੀ ਹੈਗੇ ਆ ਬਹੁਤ ਅਕਾਲ ਮੋਟਰ ਵਾਲੇ ਜੀ ਠੀਕ ਹੈ ਜੀ ਹਾਂਜੀ ਕਲਸੀ ਹੋ ਗਿਆ ਤਰਨ ਤਾਰਨ ਤੋਂ ਜੀ ਹਾਂਜੀ 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 ਉਹ ਸਭ ਇੱਥੋਂ ਹੀ ਤਰ੍ਹਾਂ ਦੇ ਹੈਗੇ ਆ ਠੀਕ ਹੈ ਜੀ ਮਤਲਬ ਕਿ ਇਹਦੇ ਮੇਨ ਪਰ ਬੰਦੇ ਦਾ ਕਰਾਉਂਦੇ ਹਾਂਜੀ 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 ਬਾਕੀ ਵੀ ਮਤਲਬ ਕਿ ਸਾਡੇ ਕੋਲੋਂ ਮਤਲਬ ਜਿਹੜੀ ਹੈਗੀ ਆ ਕੈਲੀਫੋਰਨੀਆ ਦੀ ਸਾਡੀਆਂ ਵਰਸ਼ਾਵਾਂ ਹੈਗੀਆਂ ਚਾਹ ਚੱਲਦੀਆਂ ਪਈਆਂ ਠੀਕ ਹੈ ਜੀ ਉੱਤੇ ਵੀ ਸਾਡਾ ਪੇਂਟ ਦਾ ਕੰਮ ਹੀ ਆ ਪੇਂਟ ਦਾ ਕੰਮ ਹੀ ਆ ਠੀਕ ਹੈ ਕੈਲੀਫੋਰਨੀਆ ਦੇ ਵਿੱਚ ਠੀਕ ਹੈ ਠੀਕ ਹੈ ਆਪਣਾ ਪੇਜ ਕਿਹੜਾ ਚੱਲਦਾ ਆਪਣਾ ਜੀ ਆਪਣਾ ਕਸਟਮ ਪੇਂਟ ਦਾ ਨਾਮ ਤੇ ਇੰਸਟਾਗ੍ਰਾਮ ਤੇ ਹਾਂਜੀ ਮੈਂ ਉਹਦਾ ਪਾ ਦਿਆਂਗਾ ਥੱਲੇ ਵੀ ਇਹ ਤਾਂ ਆਪਣਾ ਆਪਣੇ ਭਾਜੀ ਹੋਣਾ ਕੋ ਆਪਣੇ ਕਿਰਪਾਲ ਸਿੰਘ ਨਾਂ ਦੇ ਨਾਂ ਦੇ ਉਹਨਾਂ ਦੀ ਫਰਮ ਚੱਲਦੀ ਆ ਤੇ ਬਾਕੀ ਭਾਜੀ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਸ ਨਾਂ ਦੀ ਫਰਮ ਚੱਲਦੀ ਆ ਆਪਣੀ ਸਾਡੀ ਭਾਜੀ ਐਸ਼ ਕਿਰਪਾਲ ਸਿੰਘ ਨਾਂ ਤੇ ਚੱਲਦੀ ਆ ਜੀ ਠੀਕ ਹੈ ਕਸਟਮ ਪੇਂਟ ਦੇ ਨਾਮ ਤੇ ਵੀ ਸਾਨੂੰ ਲੋਕੀ ਕਾਫੀ ਜਾਣਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਅਸੀਂ ਦਿਖਾਣੇ ਅੱਜ ਆਪਣਾ ਕੰਮ ਕਰ ਸਾਰਾ ਜੀ ਤੇ ਨਾਲ ਉਤਰੇ ਗੱਲਬਾਤ ਕਰੀ ਜਾਂਦੇ ਆ ਤੇ ਭਾਜੀ ਆਪਣੇ ਫਰਮ ਕਿੰਨੀ ਕੁ ਪੁਰਾਣੀ ਹੈ ਜੀ ਭਾਜੀ 1970 ਤੋਂ ਚੱਲਦੀ ਆ ਸਾਡੇ ਨਾ ਬਜ਼ੁਰਗਾਂ ਨੇ ਸਟਾਰਟ ਕੀਤਾ ਸੀ ਕੰਮ ਇਹ ਵਾਲਾ ਠੀਕ ਹੈ ਜੀ ਤੇ ਉਹਨਾਂ ਦੀ ਨੀਂਹ ਤੇ ਤੁਰ ਰਹੇ ਆ ਅੱਜ ਜੇ ਤੱਕ ਮੁਕਾਮ ਤੇ ਪਹੁੰਚੇ ਆ ਜੀ ਚਲੋ ਨਾਲ ਉਹਨਾਂ ਗੱਲਾਂ ਕਰੀ ਜਾਂਦੇ ਨਾਲ ਨਾਲੇ ਆਪਾਂ ਦਿਖਾ ਦਿੰਦੇ ਆ ਸਾਰਾ ਜੀ ਕਿਸ ਨਾਲ ਸਾਰਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਠੀਕ ਹੈ ਠੀਕ ਠਾਕ ਆਂਦੇ ਆ ਜੀ ਹਾਂਜੀ ਬਹੁਤ ਵਧੀਆ ਇਹ ਭਾਜੀ ਹੁਣੀ ਇਹਨਾਂ ਦੇ ਜੀ ਇਹਨਾਂ ਦੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਕੰਮ ਜੀ ਹਾਂਜੀ 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 ਸਾਡੇ ਮਤਲਬ ਕਿ ਬਜ਼ੁਰਗਾਂ ਨੇ ਸ਼ੁਰੂ ਕੀਤਾ ਵਾ ਸਰਦਾਰ ਕਿਰਪਾਲ ਸਿੰਘ ਉਹਨਾਂ ਨੇ ਠੀਕ ਹੈ ਜੀ ਤੇ ਅਸੀਂ ਮਤਲਬ ਕਿ ਜਿੱਦਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਜਿੱਦਾਂ ਸਿਖਾਇਆ ਵਾ ਕਿ ਤੁਸੀਂ ਬਈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹਾਂਜੀ ਹਾਂਜੀ ਨਾ ਹੀ ਅਸੀਂ ਕੰਪਰੋਮਾਈਜ਼ ਕਰਦੇ ਆ ਅਸੀਂ ਕੋਈ ਵੀ ਕਸਟਮਰ ਸਾਡਾ ਕੋਈ ਆਉਂਦਾ ਹੈਗਾ ਉਹਨੂੰ ਅਸੀਂ ਪੂਰਾ ਸੈਟੀਸਫਾਈ ਕਰਕੇ ਅਸੀਂ ਭੇਜਦੇ ਆ ਜੀ ਜੀ ਕੋਈ ਬੰਦਾ ਕੋਈ ਐਡਵਾਂਸ ਨਹੀਂ ਦੇ ਦੇਗਾ ਕਿਉਂਕਿ ਸਾਨੂੰ ਐਡਵਾਂਸ ਪੈਸੇ ਐਡਵਾਂਸ ਅਸੀਂ ਨਹੀਂ ਦੇ ਦੇਗਾ ਹਾਂਜੀ 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 ਅਸੀਂ ਪਹਿਲਾਂ ਕੁਆਲਿਟੀ ਦੇਖੋ ਚੈੱਕ ਕਰੋ ਉਹ ਸਾਨੂੰ ਖੁਸ਼ੀ ਨਾਲ ਹੀ ਇੰਨੇ ਪੈਸੇ ਦੇਣਾ ਕੋਈ ਨਹੀਂ ਜੀ 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 ਖੁਸ਼ ਹੋ ਕੇ ਭੇਜੀਦਾ ਮਤਲਬ ਕਿਸੇ ਨੂੰ ਨਾਰਾਜ਼ ਨਹੀਂ ਪੈਣਾ ਠੀਕ ਹੈ ਠੀਕ ਹੈ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਠੀਕ ਹੈ ਜੀ ਅੱਜ ਨਾਲ ਤੁਹਾਨੂੰ ਦਿਖਾਉਂਦੇ ਆ ਤੇ ਭਾਜੀ ਆ ਗੱਡੀਆਂ ਸਾਰੀਆਂ ਆਪਣੀਆਂ ਪੇਂਟ ਵਾਸਤੇ ਆਈਆਂ ਸਾਰੀਆਂ ਆ ਸਾਰੀਆਂ ਭਾਜੀ ਪੇਂਟਾਂ ਵਾਸਤੇ ਆਈਆਂ ਜੀ ਇਹ ਰਫਲੀ ਕਿੰਨੀ ਗੱਡੀ ਪਈ ਹੋ ਸਾਰੀ ਜਿੱਦਾਂ ਆਪਣੇ ਭਾਜੀ 100 ਤੋਂ ਉੱਤੇ 100 150 ਦੇ ਉੱਤੇ ਹੋਣੀਆਂ ਜੀ 100 ਗੱਡੀ ਪਈਆਂ ਕਸਟਮ ਪਿੱਛੇ ਕੰਮ ਹੋਣਾ ਸਟਾਕ ਪਿਆ ਨਾ ਕਿ ਸਾਰਾ ਕੰਮ ਸਟਾਕ ਹਾਂਜੀ ਪਿੱਛੇ ਪਿਆ ਹਾਂਜੀ ਹਾਂਜੀ ਠੀਕ ਹੈ ਜੀ 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 ਤੇ ਭਾਜੀ ਹੋਰ ਪੁੱਛਣਾ ਨਾਲ ਗੱਲਾਂ ਕਰੀਏ ਤੇ ਆਪਣਾ ਕਿੰਨਾ ਕੁ ਟਾਈਮ ਲੱਗ ਜਾਂਦਾ ਗੱਡੀ ਨੂੰ ਜੀ ਭਾਜੀ ਇਹਨੂੰ ਲੱਗਦਾ ਜੀ ਮਹੀਨਾ ਲੱਗ ਜਾਂਦਾ ਜੀ ਇੱਕ ਮਹੀਨਾ ਲੱਗ ਜਾਂਦਾ ਇੱਕ ਮਹੀਨਾ ਪੂਰਾ ਲੱਗ ਜਾਂਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ 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 ਇਹ ਸਾਡਾ ਪੂਰਾ ਸਟਾਰਟਿੰਗ ਇੱਥੋਂ ਹੁੰਦੀ ਹੈ ਜੀ ਹਾਂਜੀ ਪ੍ਰੋਪਰ ਅੱਛਾ ਜਿੱਦਾਂ ਪੁਰਾਣਾ ਸਾਰਾ ਪੇਂਟ ਲਾ ਕੇ ਹਾਂਜੀ ਪੁਰਾਣਾ ਸਾਰਾ ਪੇਂਟ ਲਾ ਕੇ ਪ੍ਰੋਪਰ ਅਸੀਂ ਇਹਨੂੰ ਲੋਹਾ ਕੱਟੀ ਦੇ ਜੀ ਆ ਦੇਖੋ ਠੀਕ ਹੈ ਜੀ ਪ੍ਰੋਪਰ ਕੋਈ ਤੁਹਾਨੂੰ ਇੱਥੇ ਪੇਂਟ ਨਜ਼ਰ ਆਏਗਾ ਠੀਕ ਹੈ ਜੀ ਕੋਈ ਕੁਝ ਨਹੀਂ ਹੈ ਪ੍ਰੋਪਰ ਜੋ ਮੈਟਲ ਹੁੰਦਾ ਇਹ ਉਹ ਨਿਕਲਿਆ ਹੋਇਆ ਹੈ ਨਿਕਲਿਆ ਹੋਇਆ ਹੈ ਇਹ ਤੇ ਅਸੀਂ ਪ੍ਰੋਪਰ ਇਹ ਕੈਮੀਕਲ ਯੂਜ਼ ਕਰਕੇ ਕਰੀਦਾ ਕਿ ਇਹਨਾਂ ਫਿਊਚਰ ਕੋਈ ਤੁਹਾਨੂੰ ਪੇਂਟ ਉਤਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੇਗੀ ਸੇ ਪ੍ਰੋਪਰ ਬੈਸਟ ਪੇਂਟ ਕਰਕੇ ਦੇਈਦਾ ਜੀ ਓਕੇ ਓਕੇ ਨਾਲ ਭਾਜੀ ਇਹ ਪੇਂਟ ਕਿਹੜੀ ਕੁਆਲਿਟੀ ਹੁੰਦਾ ਆਪਣੇ ਕੋਲ ਇਹ ਅਸੀਂ ਟੂਕੇ ਦਾ ਕਰੀਦਾ ਜੀ ਜੋ ਹਾਈ ਐਂਡ ਕੁਆਲਿਟੀ ਸਾਨੂੰ ਲੋਕੀ ਚਾਹੁੰਦੇ ਆ ਉਹੀ ਕਰੀਦਾ ਜੀ ਹਾਂਜੀ ਹਾਂਜੀ ਹਾਂਜੀ
ਅਸੀਂ ਤਾਂ ਆਏ ਹਾਂ, ਸਾਨੂੰ ਪਤਾ ਲੱਗਾ ਸੀ ਪੇਂਟ ਦੀ ਕੁਆਲਿਟੀ। ਚਲੋ ਹੋਰ ਵੀ ਬੰਦੇ ਬਹੁਤ ਕਰਦੇ, ਆਪਾਂ ਕਿਸੇ ਨਾਲ ਇੱਦਾਂ ਨਹੀਂ ਕਰਦੇ, ਕੁਛ ਸਾਰੇ ਚੰਗਾ ਵਧੀਆ ਕਰਦੇ ਆ, ਪਰ ਭਾਜੀ ਹੁਣੀ ਆਪਣੀ ਕੁਆਲਿਟੀ ਦੱਸ ਰਿਹਾ ਵੀ ਅਸੀਂ ਇਸ ਮਸ਼ੀਨ ਦੇ ਵਿੱਚ ਰੱਖ ਕੇ ਹੀਟ ਦੇ ਕੇ ਪ੍ਰੋਪਰ ਪਹਿਲਾਂ ਪੇਂਟ ਲਾਇਆ ਜਾਂਦਾ, ਪ੍ਰੋਪਰ ਲਾਇਆ ਜਾਂਦਾ ਜੀ। ਠੀਕ ਹੈ ਜੀ, ਉਹ ਤੋਂ ਬਾਅਦ ਸਾਰਾ ਪ੍ਰੋਪਰ ਲੋਹਾ ਕੱਢ ਕੇ ਫਿਰ ਤਿਆਰ ਹੁੰਦਾ ਜੀ। ਅੱਗੇ ਪਰ ਫਿਰ ਜੀ ਹੁਣ ਅੱਗੇ, ਹਾਂਜੀ ਇਹ ਪੇਂਟ ਪ੍ਰੋਪਰ ਨਾ ਰਿਮੂਵ ਕਰਕੇ ਤੇ ਹੁਣ ਸਾਰੀ ਡੈਂਟਿੰਗ ਚੈੱਕ ਕਰਨਗੇ ਜੀ। ਠੀਕ ਹੈ, ਪ੍ਰੋਪਰ ਨਿੱਕੇ ਤੋਂ ਨਿੱਕਾ ਡੈਂਟ ਪ੍ਰੋਪਰ ਸੈਟਿੰਗ ਇਹਦੀ। ਠੀਕ ਹੈ ਜੀ, ਭਾਜੀ ਦਾ ਡਿਊਟੀ ਹੈਗੀ ਸਾਰੀ ਪ੍ਰੋਪਰ ਸੈਟਿੰਗ ਇਹ ਕਰਦੇ ਕੰਮ, ਇਹਨਾਂ ਦਾ ਡਿਪਾਰਟਮੈਂਟ ਹੈ ਡੈਂਟਿੰਗ ਡਿਪਾਰਟਮੈਂਟ ਸਾਰਾ ਦਾ। ਠੀਕ ਹੈ ਭਾਜੀ, ਭਾਜੀ ਆਪਣਾ ਕੀ ਨਾਮ ਹੈ ਜੀ? ਮੇਰਾ ਨਾਮ ਕਰਨ ਸਿੰਘ। ਕਰਨ ਸਿੰਘ ਜੀ, ਕਿੰਨੇ ਉਹਦੇ ਭਾਜੀ ਨਾਲ ਕੰਮ ਕਰਦੇ ਆ ਜੀ? ਇਹ ਕਾਫੀ ਪੁਰਾਣੇ ਲੱਗੇ ਹੋਏ ਸਾਡੇ ਤੋਂ ਜੀ, ਆਈ ਥਿੰਕ 10-15 ਸਾਲ ਹੋ ਗਏ। ਹੋ ਚੁੱਕੇ, ਹਾਂਜੀ ਹਾਂਜੀ ਹਾਂਜੀ। ਇਹਨਾਂ ਨੇ ਪ੍ਰੋਪਰ ਡੈਂਟਿੰਗ ਵਗੈਰਾ ਕਰਕੇ ਪ੍ਰੋਪਰ ਸਮਾਨ ਦੀ ਚੈਕਿੰਗ ਕਰਕੇ ਸੈਟਿੰਗ ਕਰਕੇ ਪ੍ਰੋਪਰ ਅੱਗੇ ਪਾਸ ਕਰਨਾ ਹੈ। ਕੋਈ ਇਹ ਨਹੀਂ ਕਿ ਕੋਈ ਸਮਾਨ ਟੇਡਾ ਮੇਡਾ ਕੁਛ ਨਹੀਂ, ਇਹਨਾਂ ਦੀ ਡਿਊਟੀ ਹੈ ਕਿ ਪ੍ਰੋਪਰ ਅਲਾਈਨਮੈਂਟ ਕਰਕੇ ਵੀ ਸਕੇ ਜਾਵੇ ਕਿ ਬਾਅਦ ਚ ਕੋਈ ਦਿੱਕਤ ਨਾ ਆਵੇ। ਕੋਈ ਪਰਪਸ ਨਹੀਂ ਲੈਣ ਜਾਂਦਾ, ਹਰ ਇੱਕ ਲਾਈਨ ਦਾ ਜਾਂਦਾ ਜੋ ਵੀ ਹੋਣਾ, ਜੋ ਵੀ ਆਪਣੇ ਪ੍ਰਾਈਮਰ ਵਗੈਰਾ ਹੋਣਾ, ਪ੍ਰਾਈਮਰ ਵਗੈਰਾ ਪ੍ਰੋਪਰ ਬੰਦੇ ਹਾਲੇ ਬੰਦੇ ਨੂੰ ਡਿਊਟੀ ਦਿੱਤੀ ਹੋਈ ਹੈ ਕਿ ਉਹਨੇ ਆਪਣਾ ਕੰਮ ਪ੍ਰੋਪਰ ਇੱਕ ਵਧੀਆ ਤਰੀਕੇ ਨਾਲ ਕਰਨਾ। ਬਾਈਕ ਨੇ ਉਸ ਪਰਪਸ ਵਿੱਚ ਲੰਘ ਕੇ ਜਾਣਾ, ਹਾਲੇ ਕੋਈ ਆਪਾਂ ਪਰਪਸ ਸਕਿਪ ਨਹੀਂ ਕਰਨਾ, ਕੋਈ ਆਪਾਂ ਸਕਿਪ ਚੀਜ਼ ਨਹੀਂ ਕਰਨੀ, ਜੋ ਪ੍ਰੋਪਰ ਪ੍ਰੋਸੈਸਿੰਗ ਕੰਮ ਦੀ ਉਹਨੂੰ ਪ੍ਰੋਪਰ ਪ੍ਰੋਸੈਸ ਦੇ ਵਿੱਚ ਨਿਕਲ ਕੇ ਜਾਏਗਾ। ਤੁਹਾਡੀ ਕੁਆਲਿਟੀ ਤੁਹਾਡਾ ਪਹਿਲਾਂ ਨਾਮ ਹੈ ਉਹ ਚੱਲਦਾ ਇੰਡੀਆ ਚ, ਬਾਹਰ ਵੀ ਚੱਲਦਾ ਆ? ਨਹੀਂ ਨਹੀਂ, ਸਾਡੇ ਤਾਂ ਜੀ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੋਇਆ ਕਿ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਨਾ ਕਦੀ ਕਿਸ ਕਸਟਮਰ ਨੂੰ ਕੋਈ ਨਾਰਾਜ਼ ਹੋਣ ਦੇਣਾ ਕੰਮ ਪਿੱਛੇ, ਕਿ ਸਾਡੇ ਕੋਲ ਜਿਹੜਾ ਕਸਟਮਰ ਆਵੇ ਖੁਸ਼ ਹੋ ਕੇ ਜਾਵੇ, ਕਿ ਅਗਲੇ ਦਾ ਦਿਲ ਖੁਸ਼ ਹੋਵੇ ਕਿ ਮੈਂ ਚੀਜ਼, ਜਿਹੜੇ ਲੋਕੀ ਕੰਮ ਹੋ ਗਏ ਜਿਨ੍ਹਾਂ ਨੇ ਆਪਣੀ ਕੋਈ ਚੀਜ਼ ਸੰਭਾਲ ਕੇ ਰੱਖੀ ਹੁੰਦੀ ਹੈ, ਬਿਲਕੁਲ ਜਿਨ੍ਹਾਂ ਨੂੰ ਚੀਜ਼ ਵਧੀਆ ਮਿਲੇਗੀ ਉਹ ਸਗੋਂ ਇੱਕ ਜਾਣੇ ਨੂੰ ਕਿ 10 ਜਣੇ ਨੂੰ ਬਾਅਦ ਅੱਗੇ ਦੱਸਣਗੇ ਕਿ ਸਾਨੂੰ ਇੱਥੋਂ ਕੰਮ ਕਰਾਇਆ, ਤੁਸੀਂ ਵੀ ਇੱਥੋਂ ਕਰਾਓ। ਅਸੀਂ ਵੀਡੀਓ ਤਾਂ ਬਣਾਉਣ ਆਏ ਹਾਂ ਕਿ ਤਾਂ ਕਿ ਬੰਦਿਆਂ ਨੂੰ ਸਾਡੇ ਇਹਨੂੰ ਪਤਾ ਲੱਗਦੇ ਵੀ ਜਿੰਨੇ ਵਿਊ ਰਹਿਗੇ ਆ, ਜਿੰਨੇ ਰੂਟ ਮੋਟਰਸਾਈਕਲ ਚਲਾਉਂਦੇ ਵੀ ਕਿੱਥੇ ਰੰਗ ਹੁੰਦਾ, ਕਿੱਦਾਂ ਹੁੰਦਾ ਆ। ਹਾਂ ਦੇਖੋ ਜੀ, ਸਾਰੀਆਂ ਗੱਡੀਆਂ ਇਹ ਸਭ ਪੇਂਟ ਹੋਣ ਵਾਸਤੇ ਪਈਆਂ, ਸਾਰੀਆਂ ਉਹ ਤਾਂ ਜਿੰਨੀ ਗੱਡੀ ਪਈ ਆ ਇਹ ਸਿਰਫ ਪੇਂਟ ਹੋਣ ਵਾਸਤੇ ਪਈ ਆ, ਤਿਆਰੀ ਹੋ ਰਹੀ ਹੈ ਸਾਰੀ। ਕੋਈ ਪੇਂਟ ਕਰ ਰਿਹਾ, ਕੋਈ ਡੈਂਟਿੰਗ ਕਰ ਰਿਹਾ, ਹਰ ਕਿੰਨੀ ਪੁਰਾਣੀ ਗੱਡੀ ਪਈ ਆ। ਇਹ ਪ੍ਰੋਪਰ ਸਾਡੇ ਤੋਂ ਲੋਹਾ ਨਿਕਲ ਕੇ ਸਮਾਨ ਆਇਆ ਜੀ। ਅੱਛਾ, ਇਹ ਕੁਝ ਹੋਇਆ ਨਹੀਂ ਹਲੇ? ਮੈਨੂੰ ਹਲੇ ਕੁਝ ਹੋਇਆ ਨਹੀਂ, ਮੈਟਲ ਹੀ ਆ ਲੈਣਾ, ਪ੍ਰੋਪਰ ਮੈਟਲ ਹੀ ਆ। ਇਹ ਤੁਹਾਡੇ ਤੇ ਕੈਮੀਕਲ ਲਗਾ ਕੇ ਇਹ ਤੇ ਬਾਅਦ ਆਪਾਂ ਪ੍ਰਾਈਮਰ ਲਗਾਈ ਦਾ ਜੀ, ਇਦਾਂ ਕਿ ਤੁਸੀਂ ਆ ਦੇਖ ਸਕਦੇ ਆ। ਅੱਛਾ, ਇਹ ਕੱਲਾ ਪ੍ਰਾਈਮਰ ਆ? ਹਾਂ, ਇਹ ਕੱਲਾ ਪ੍ਰਾਈਮਰ ਆ, ਇੱਥੋਂ ਸਾਡਾ ਕੰਮ ਸਟਾਰਟ ਹੁੰਦਾ ਸਾਰਾ ਜੀ। ਠੀਕ ਹੈ ਜੀ, ਹਾਂਜੀ, ਇਹਦੇ ਥੱਲੇ ਕੈਮੀਕਲ ਲੱਗਦਾ, ਉਸ ਤੋਂ ਬਾਅਦ ਪ੍ਰਾਈਮਰ ਲੱਗਦਾ, ਪ੍ਰਾਈਮਰ ਲੱਗਦਾ। ਠੀਕ ਹੈ, ਇਹਦੇ ਨਾਲ ਸਾਨੂੰ ਕਦੀ ਕੋਈ ਦਿੱਕਤ ਨਹੀਂ ਆਏਗੀ ਉਤਰਨ ਦੀ ਕਦੀ ਕੋਈ ਜੀ। ਠੀਕ ਹੈ, ਠੀਕ ਹੈ ਜੀ। ਇਹ ਸਾਰੀਆਂ ਗੱਡੀਆਂ ਤਾਂ ਸਾਰੀਆਂ ਭਾਜੀ, ਸਾਰੇ ਫਰੇਮ ਤੱਕ ਛੋਟੇ ਤੋਂ ਛੋਟੇ ਸਮਾਨ ਤੱਕ ਵੀ ਭਾਜੀ, ਹਰ ਚੀਜ਼ ਦੇ, ਹਰ ਇੱਕ ਚੀਜ਼ ਤੇ ਪ੍ਰਾਈਮਰ ਲੱਗਦਾ। ਇਦਾਂ ਨਹੀਂ ਕਿਸੇ ਚੀਜ਼ ਦੇ, ਹਾਂ, ਕੋਈ ਇਹ ਨਹੀਂ ਕਿ ਕਿਸੇ ਦੇ ਛੱਡ ਤੱਕ ਕਿਸੇ ਰਹਿਣ ਦਾ, ਪ੍ਰੋਪਰ ਨਿੱਕੀ ਤੋਂ ਨਿੱਕੇ ਪਾਰਟਸ ਤੇ ਵੀ ਪ੍ਰਾਈਮਰ ਲੱਗਦਾ ਜੀ। ਸ਼ਾਰਟਕਟ ਨਹੀਂ ਮਾਰਦੇ ਕਿਸੇ ਚੀਜ਼ ਦੀ, ਹਰ ਚੀਜ਼ ਇਕੱਲੀ ਹਰ ਚੀਜ਼ ਛੋਟੇ ਤੋਂ ਛੋਟੇ ਪਾਰਟ, ਹਰ ਚੀਜ਼ ਹਰ ਇੱਕ ਚੀਜ਼ ਨੂੰ ਪ੍ਰਾਈਮਰ ਲੱਗ ਜਾਏ। ਇਦਾਂ ਨਹੀਂ ਵੀ ਜਿਹੜੀ ਮੋਟਾ ਮੋਟਾ ਉਦਾਂ ਨਹੀਂ, ਸਾਰਾ ਕੰਮ ਬਰੀਕੀ ਤੌਰ ਤੇ, ਲੀਵਰ ਵਗੈਰਾ ਸਾਰੇ ਪਏ ਹਨਾ? ਹਾਂ, ਲੀਵਰ ਵੀ ਸਾਰੇ ਪ੍ਰੋਪਰ ਜੀ, ਸਭ ਕੁਝ ਇਦਾਂ ਹੀ। ਹਾਂਜੀ ਹਾਂਜੀ ਹਾਂਜੀ, ਝੂਲੇ ਵਗੈਰਾ, ਝੂਲੇ ਵਗੈਰਾ ਸਾਰੀਆਂ ਪਈਆਂ, ਐਮਰਗਾਰਡ ਪਏ ਆ, ਇਹ ਚੈਸੀਆਂ ਵਗੈਰਾ ਸਾਰੀਆਂ ਪਈਆਂ ਸਾਰੀਆਂ। ਹਾਂਜੀ ਹਾਂਜੀ ਹਾਂਜੀ, ਆ ਫਿਰ ਉਸ ਤੋਂ ਬਾਅਦ ਆ ਪ੍ਰਿੰਟ ਹੋ ਗਿਆ ਕਿ ਨਹੀਂ ਬ੍ਰੈਂਡ? ਇਹ ਉਸ ਤੋਂ ਬਾਅਦ, ਹਾਂਜੀ, ਇਹ ਬਸ ਫਾਈਨਲ ਹੋਣਾ ਜੀ, ਇਹਨੂੰ ਸਾਰਾ ਬੇਸ ਕੋਟ ਲੱਗ ਗਿਆ ਹੋਇਆ ਆ, ਹੁਣ ਸਿਰਫ ਚੈਕਿੰਗ ਹੋਣੀ ਆ ਕਿ ਕੋਈ ਨਿੱਕੀ ਮੋਟੀ ਵੀ ਨੁਕਸ ਹੋਇਆ ਉਹਨੂੰ ਅਸੀਂ ਕੰਪਲੀਟ ਕਰਕੇ ਦੇਵਾਂਗੇ, ਕਿ ਕਸਟਮਰ ਨੂੰ ਕੋਈ ਕੰਪਲੇਂਟ ਵਾਲਾ ਕੰਮ ਨਹੀਂ ਮਿਲੇਗਾ। ਤੇ ਤੁਹਾਡਾ ਫਿਰ ਬੰਦਾ ਵੀ ਨਾ ਕੋਈ ਜਿਹੜਾ ਕੁਆਲਿਟੀ ਨੂੰ ਕੰਟਰੋਲ ਤੁਸੀਂ ਆਪ ਹੀ ਕਰਦੇ ਹੋ, ਮੈਨੇਜਰ ਕਰਦੇ ਹੋ? ਅਸੀਂ ਆਪ ਵੀ ਕਰਦੇ, ਬਾਕੀ ਸਾਡੇ ਸਾਰੇ ਵੀਰ ਭਾਜੜੇ ਕੰਮ ਕਰਦੇ ਆ, ਉਹਨਾਂ ਨੂੰ ਪ੍ਰੋਪਰ ਜ਼ਿੰਮੇਵਾਰੀ ਸਮਝਦੇ ਆ ਕਿ ਕਸਟਮਰ ਨੂੰ ਕੋਈ ਗਲਤ ਚੀਜ਼ ਨਾ ਜਾਵੇ। ਹਾਂਜੀ 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 ਹਾਂਜੀ। ਤੇ ਹੁਣ ਭਾਜੀ ਹੁਣ ਕਰ ਰਿਹਾ ਉੱਧਰ ਕੀ ਹੋ ਰਿਹਾ ਜੀ? ਇਹ ਸਾਰੀ ਜੀ ਪੇਂਟ ਨੂੰ ਜਿੱਦਾਂ ਸਾਫ਼ ਕਰ ਰਿਹਾ ਜੀ। ਠੀਕ ਹੈ ਜੀ, ਇਹ ਜਿੱਦਾਂ ਬੇਸ ਕੋਟ ਹੁੰਦਾ ਜੀ ਉਹਦੀ ਸੈਂਡਿੰਗ ਕਰ ਰਿਹਾ ਜੀ, ਪ੍ਰੋਪਰ ਜੋ ਕੋਈ ਵੀ ਕਿਸੇ ਟਫ ਵਗੈਰਾ ਕੋਈ ਕੁਛ ਹੁੰਦਾ ਇਸ ਤੋਂ ਬਾਅਦ ਇੱਥੇ ਪੇਂਟ ਅਪਲਾਈ ਹੋਏਗਾ ਜੀ। ਠੀਕ ਹੈ ਠੀਕ ਹੈ, ਹਾਂਜੀ ਪ੍ਰੋਪਰ ਇਹ ਸੈਂਡਿੰਗ ਕਰ ਰਿਹਾ ਜੀ। ਹਾਂਜੀ ਸੈਂਡਿੰਗ ਹੋ ਰਹੀ ਸਾਰੀ ਜੀ ਜੀ, ਇਹ ਬਰਾ ਜਿਹੜੇ ਪੱਟੀ ਪੁੱਟੀ ਭਰੀ ਹੁੰਦੀ ਹੈ ਸਾਰੇ ਪ੍ਰੋਪਰ ਨਾਲ, ਪ੍ਰੋਪਰ ਜਿੱਦਾਂ ਕੋਈ ਕੋਈ ਟਫ ਵਗੈਰਾ ਹੋਏਗਾ ਕੁਛ ਹੋਏਗਾ ਬਿਲਕੁਲ ਸਾਫ਼ ਹੋ ਜਾਏਗਾ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ। ਅੱਛਾ ਭਾਜੀ, ਇੱਕ ਪੁੱਛਣਾ, ਗੱਡੀਆਂ ਆਪਣੇ ਚ ਇੱਥੇ ਕਿੱਥੋਂ ਕਿੱਥੋਂ ਗੱਡੀਆਂ ਆਉਂਦੀਆਂ ਜੀ? ਸਾਡੇ ਭਾਜੀ ਆਲ ਓਵਰ ਇੰਡੀਆ ਤੋਂ ਹੀ ਆਉਂਦੀਆਂ ਜੀ, ਆਲ ਇੰਡੀਆ ਤੋਂ, ਆਲ ਇੰਡੀਆ ਤੋਂ ਆਉਂਦੀਆਂ, ਇਹ ਨੌਰਥ ਸਾਈਡ, ਨੌਰਥ ਸਾਊਥ ਤੋਂ, ਸਾਊਥ ਸਾਈਡ ਤੋਂ, ਹਰ ਇੱਕ ਜਗ੍ਹਾ ਤੋਂ ਸਾਡੇ ਤੋਂ ਆਉਂਦੀਆਂ ਜੀ। ਸਾਊਥ ਇੰਡੀਆ ਤੋਂ ਵੀ ਆਉਂਦੀਆਂ ਹੈ? ਸਾਊਥ ਤੋਂ ਵੀ ਆਉਂਦੀਆਂ ਜੀ, ਕਾਫੀ ਪੰਜਾਬ ਤਾਂ ਹੈਗਾ ਹੈਗਾ ਆ, ਪੰਜਾਬ ਤਾਂ ਹੈਗਾ, ਜੰਮੂ ਕਸ਼ਮੀਰ ਵਗੈਰਾ ਸਾਰੇ, ਪੰਜਾਬ, ਰਾਜਸਥਾਨ, ਸ਼੍ਰੀਨਗਰ, ਬਾਰਾਮੂਲਾ, ਅਨਮੋਲ, ਰਾਜਸਥਾਨ, ਬੰਗਲੌਰ, ਹਾਂਜੀ ਹਾਂਜੀ, ਤੋਂ ਆਉਂਦੇ ਹੈਗੇ ਆ, ਮਤਲਬ ਕਿ ਇਹਦਾ ਬਹੁਤ ਮੇਨ ਮੇਨ ਬੰਦੇ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਹੈਗੇ ਆ, ਹਾਂਜੀ, ਦੇਖੀ ਬੁਲਟ ਵਾਲੇ ਹੋ, ਹਾਂਜੀ ਗ੍ਰਾਮ ਵਾਲੇ, ਹਾਂਜੀ ਹਾਂਜੀ, ਉਹ ਸਭ ਮੇਰੇ ਫੁੱਲ ਤਰ੍ਹਾਂ ਹੋਰ
ਚਾਰ ਕਰਕੇ ਹਾਂਜੀ ਹਾਂਜੀ ਸਾਡੀ ਜਿਹੜੀ ਹੈਗੀ 10 ਦਿਨ ਦੀ ਹੁੰਦੀ ਵੈਸੇ ਠੀਕ ਹੈ ਹਾਂਜੀ ਪਰ ਵੇਟਿੰਗ ਜਿਹੜੀ ਮਹੀਨੇ ਹਾਂ ਫਿਰ ਗੱਡੀਆਂ ਅੱਗੇ ਕਾਫੀ ਗੱਡੀਆਂ ਲਾਈਨ 'ਚ ਲੱਗੀਆਂ ਆਇਆ ਹੁੰਦੀਆਂ ਕਿ ਹਰੇਕ ਬੰਦੇ ਨੂੰ ਟਾਈਮ ਦਿੱਤਾ ਹੁੰਦਾ ਕਿ ਉਸ ਟਾਈਮ ਦੇ ਮੁਤਾਬਕ ਹੀ ਫਿਰ ਅਸੀਂ ਜਿਹੜਾ ਹੈਗਾ ਵਾ ਅਸੀਂ ਠੀਕ ਹੈ ਤੇ ਗੱਡੀ ਆਪਾਂ ਕਿਹੜੀ ਕਿਹੜੀ ਜ਼ਿਆਦਾ ਪੇਂਟ ਕਰਦੇ ਆ ਜੀ ਅਸੀਂ ਜ਼ਿਆਦਾ 99% ਸਾਡੇ ਬੁਲਟ ਵਗੈਰਾ ਬੁਲਟ ਵਗੈਰਾ ਹੀ ਹੁੰਦੇ ਜੀ ਹਾਂਜੀ ਤੇ ਵੈਸੇ ਅਸੀਂ ਕਰ ਹਰੇਕ ਚੀਜ਼ ਦਿੰਦੇ ਹੈਗੇ ਆ ਹਾਂਜੀ ਤੇ ਜ਼ਿਆਦਾ ਅਸੀਂ ਇਹੀ ਕਰਦੇ ਵੈਸੇ ਸਾਡੇ ਆਪਣੀ ਵਰਕਸ਼ਾਪ ਜਿਹੜੀ ਹੈਗੀ ਆ ਕੈਲੀਫੋਰਨੀਆ 'ਚ ਸਾਡੀਆਂ ਵਰਕਸ਼ਾਪਾਂ ਹੈਗੀਆਂ ਚਾਰ ਚੱਲਦੀਆਂ ਪਈਆਂ ਠੀਕ ਹੈ ਜੀ ਉੱਥੇ ਵੀ ਸਾਡਾ ਪੇਂਟ ਦਾ ਕੰਮ ਹੀ ਆ ਪੇਂਟ ਦਾ ਕੰਮ ਹੀ ਆ ਠੀਕ ਹੈ ਕੈਲੀਫੋਰਨੀਆ ਦੇ ਵਿੱਚ ਠੀਕ ਹੈ ਠੀਕ ਹੈ ਆਪਣਾ ਪੇਜ ਕਿਹੜਾ ਚੱਲਦਾ ਆਪਣਾ ਜੀ ਆਪਣਾ ਕਸਟਮ ਪੇਂਟ ਦਾ ਨਾਮ ਤੇ ਇੰਸਟਾਗ੍ਰਾਮ ਹਾਂਜੀ ਮੈਂ ਉਹਦਾ ਪਾ ਦਿਆਂਗਾ ਥੱਲੇ ਵੀ ਇਹ ਤਾਂ ਆਪਣਾ ਲਿੰਕ ਵਿੱਚ ਪਾ ਦਿਆਂਗਾ ਬਾਕੀ ਕਿਸੇ ਸਾਡੇ ਕੁਆਲਿਟੀ ਚੈੱਕ ਕਰਨੀ ਉੱਥੇ ਕਰ ਸਕਦਾ ਜੀ ਉੱਥੇ ਚੈੱਕ ਕਰ ਸਕਦੇ ਕਾਫੀ ਗੱਡੀਆਂ ਵਗੈਰਾ ਨਾਲ ਪਈਆਂ ਆ ਇਹਦੇ ਜਦੋਂ ਸਾਡਾ ਇੰਜਨ ਵਗੈਰਾ ਕੀਤੇ ਇਹ ਅਸੀਂ ਪਹਿਲਾਂ ਕੋਟਿੰਗ ਕੀਤੀ ਥੱਲੇ ਦਾ ਠੀਕ ਹੈ ਜੀ ਤੇ ਵੀਡੀਓ ਸਿਰਫ ਤਾਂ ਪਾ ਰਹੇ ਆ ਜਾਣਕਾਰੀ ਬਾਰੇ ਤਾਂ ਕਿ ਬੰਦਿਆਂ ਨੂੰ ਪਤਾ ਲੱਗ ਜਾਵੇ ਕਿੱਦਾਂ ਕਿੱਦਾਂ ਕੰਮ ਹੁੰਦਾ ਆ ਇਹ ਜਿਹੜੀ ਕੋਟਿੰਗ ਕੀਤੀ ਹੈ ਮਤਲਬ ਕਿ ਇਹ ਇਹ ਪੇਂਟ ਨਹੀਂ ਕੀਤਾ ਪੇਂਟ ਤੇ ਕਰਨਾ ਹੈ ਕਰਨਾ ਹੈ ਕੋਟਿੰਗ ਇਦਾਂ ਕੀਤੀ ਸੀ ਕੋਟਿੰਗ ਦੀ ਪਕੜ ਹੀ ਇੰਨੀ ਹੈਗੀ ਆ ਕਿ ਇਹ ਮਤਲਬ ਕਿ ਉਤਰੇ ਗਾਣੇ ਦੇ ਇੱਥੇ ਗਾਣੇ ਠੀਕ ਹੈ ਠੀਕ ਹੈ ਠੀਕ ਹੈ ਇਹ ਕੋਟਿੰਗ ਹੈ ਮੇਨ ਜਿਹਦੇ ਤੇ ਇਹ ਤੇ ਰੰਗ ਪ੍ਰੋਸੈਸ ਕਰਾਂਗੇ ਹਾਂਜੀ ਹਾਂਜੀ ਹੋਏ ਗਾਣੇ ਜੇ ਤੁਹਾਨੂੰ ਪਹਿਲਾਂ ਲਿਖਾਇਆ ਸੀ ਨਾ ਜੀ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਕੋਟਿੰਗ ਕਰਨ ਤੋਂ ਬਾਅਦ ਦੱਸੀ ਜਿਹੜਾ ਸਾਰੇ ਠੀਕ ਹੈ ਠੀਕ ਹੈ ਇਹ ਸਿਰਫ ਓਨਲੀ ਕੋਟਿੰਗ ਸ਼ੁਰੂ ਹੋ ਜਾਣੀ ਹੈ ਬੰਦ ਕਰ ਦੋ ਮੈਂ ਯਾਰ ਸਾਰੇ ਜਿੰਦਾ ਕਰ ਮੈਂ ਬੰਦ ਕਰਦਾ ਮੈਂ ਕਹਿੰਦੇ ਗੱਲ ਮੂਲ ਬੰਦ ਕਰ ਦੋ ਲੋ ਠੀਕ ਹੈ ਹਾਂਜੀ ਉਹ ਜਿੱਦਾਂ ਕਸਟਮਰ ਦੀ ਡਿਮਾਂਡ ਹੈ ਜਿੱਦਾਂ ਕਸਟਮਰ ਦੀ ਉਦਾਂ ਉਦਾਂ ਇਹਦੀ ਗਾਰੰਟੀ ਹੋ ਕਿ ਲੱਥੇਗਾ ਨਹੀਂ ਕਦੇ ਵੀ ਠੀਕ ਹੈ ਠੀਕ ਹੈ ਜੀ ਪਾਣੀ ਦਾ ਪ੍ਰੈਸ਼ਰ ਮਾਰੋ ਜਾਂ ਕਿ ਹਾਂਜੀ 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 ਲੱਗ ਗਿਆ ਜੀ ਲੱਥ ਗਿਆ ਜੀ 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 ਠੀਕ ਹੈ ਜੀ ਅੱਗੇ ਚੱਲੀਏ ਭਾਜੀ ਹੁਣ ਹਾਂਜੀ ਇੱਥੇ ਸਾਰੇ ਸਮਾਨ ਚੈੱਕ ਹੁੰਦਾ ਜੀ ਨਿੱਕੇ ਤੋਂ ਨਿੱਕਾ ਸਮਾਨ ਕੋਈ ਕੰਪਲੇਂਟ ਹੋਵੇ ਜਾਂ ਕੋਈ ਵੀ ਡਿਫੈਕਟ ਹੋਵੇ ਸਮਾਨ ਦੇ ਵਿੱਚ ਇੱਥੇ ਪ੍ਰੋਪਰ ਚੈਕਿੰਗ ਹੁੰਦੀ ਹੈ ਜੀ ਇਕੱਲੇ ਇਕੱਲੇ ਸਮਾਨ ਦੀ ਠੀਕ ਇਕੱਲੇ ਇਕੱਲੇ ਬੰਦੇ ਦਾ ਸਮਾਨ ਵੱਖਰਾ ਵੱਖਰਾ ਕਰਦੇ ਹਾਂ ਜੀ ਸਾਡੇ ਨਾ ਨਿੱਕੇ ਤੋਂ ਨਿੱਕੇ ਸਮਾਨ ਤੇ ਵੀ ਨਿਸ਼ਾਨੀ ਲੱਗੀ ਹੁੰਦੀ ਹੈ ਕਿ ਕੋਈ ਕਸਟਮਰ ਦੀ ਕੋਈ ਲੱਗਾ ਜੀ ਤੁਹਾਨੂੰ ਇੰਨੀਆਂ ਗੱਡੀਆਂ ਯਾਦ ਕਰ ਰਹੇ ਹਨ ਤਾਂ ਕਿਹੜੀ ਗੱਡੀ ਕਿਹਦੀ ਹੈ ਸਾਡੇ ਨਾ ਹਰ ਇੱਕ ਸਮਾਨ ਤੇ ਨਿੱਕੇ ਤੋਂ ਨਿੱਕੇ ਸਮਾਨ ਤੇ ਨਿਸ਼ਾਨੀ ਲੱਗੀ ਹੁੰਦੀ ਹੈ ਪਾਰਕਿੰਗ ਲੱਗੀ ਹੁੰਦੀ ਹੈ ਕਿ ਜੋ ਜਿਸ ਬੰਦੇ ਦਾ ਸਮਾਨ ਆਇਆ ਉਹਨੂੰ ਉਹੀ ਮਿਲੇ ਇਦਾਂ ਬਦਲੀ ਨਹੀਂ ਹੋਏਗਾ ਇਦਾਂ ਬਦਲੀ ਨਹੀਂ ਹੋਏਗਾ ਸਾਡੇ ਫੋਰਮੈਨ ਹੈਗੇ ਆ ਹਾਂਜੀ ਹਾਂਜੀ ਇਹਨਾਂ ਨੂੰ ਮਤਲਬ ਕਿ 40 ਸਾਲ ਹੋ ਗਏ ਆ ਸ਼ੁਰੂ ਤੋਂ 40 ਸਾਲ ਹੋ ਗਏ ਇੱਥੇ ਕੰਮ ਨੂੰ ਜੀ ਜੀ ਹਾਂਜੀ ਹਾਂਜੀ ਇਹ ਸਾਰਾ ਮਤਲਬ ਕਿ ਇਹਨਾਂ ਦੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਜੇ ਅਸੀਂ ਨਹੀਂ ਵੀ ਇੱਥੇ ਹੁੰਦੇ ਨਾ ਹਾਂਜੀ ਹਾਂਜੀ ਇਹ ਸਾਰੀ ਟੇਕ ਓਵਰ ਕਰਦੇ ਹੈਗੇ ਦੇਖਦੇ ਠੀਕ ਹੈ ਠੀਕ ਹੈ ਭਾਈ ਕੀ ਨਾਮ ਆਪਣਾ ਜੀ ਭੋਲਾ ਹਾਂਜੀ ਭੋਲਾ ਜੀ ਭੋਲਾ ਭਾਈ ਇਹ ਆਪਣੇ ਇਹਨਾਂ ਦਾ ਭਾਜੀ ਉਹਨਾਂ ਦਾ ਸਾਡਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਸੇ ਵਰਸ਼ਾ ਦੇ ਓਨਰ ਹੈਗੇ ਪਰ ਸਾਡਾ ਸਾਥ ਹੈ ਹਾਂਜੀ 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 ਇਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਜੀ ਨਿੱਕੇ ਤੋਂ ਨਿੱਕੇ ਸਮਾਨ ਦੀ ਚੈਕਿੰਗ ਕਰਨੀ ਕੋਈ ਵੀ ਵਿੱਚ ਡਿਫੈਕਟ ਨਾ ਹੋਵੇ ਕੋਈ ਕੀ ਚੀਜ਼ ਨਾ ਹੋਵੇ ਜੇ ਡਿਫੈਕਟ ਹੋਵੇ ਉਹਨੂੰ ਦੇਖ ਹੱਦ ਤੋਂ ਵੱਧ ਮਤਲਬ ਕਿ ਸਹੀ ਕਰਾਇਆ ਜਾਵੇ ਕੋਈ ਕਸਟਮਰ ਨੂੰ ਖਰਾਬ ਚੀਜ਼ ਨਾ ਜਾਵੇ ਇਹ ਇਹਨਾਂ ਦੀ ਜ਼ਿੰਮੇਵਾਰੀ ਹੈ ਤੇ ਆਪਣੀ ਜ਼ਿੰਮੇਵਾਰੀ ਤੇ ਪੂਰਾ ਖੜੇ ਉਤਰਦੇ ਆ ਕਿ ਸਾਨੂੰ ਕਸਟਮਰ ਤੋਂ ਕੋਈ ਸ਼ਿਕਾਇਤ ਨਹੀਂ ਆਉਂਦੀ ਕਿ ਵੀਰ ਜੀ ਕੋਈ ਖਰਾਬ ਹੈ ਜਾਂ ਕਿਦਾਂ ਹੈ ਦੇਖੋ ਭਾਜੀ ਤਾਂ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹ ਤਾਂ ਸਾਰੇ ਰਲ ਮਿਲ ਕੇ ਚੱਲਦੇ ਹੁੰਦੇ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਹਾਂਜੀ ਚਲੀ ਅੱਗੇ ਭਾਜੀ ਹਾਂਜੀ 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 ਮਜਾਈ ਕਰਕੇ ਬਿਲਕੁਲ ਸਾਫ ਕਰ ਰਹੇ ਹੈਗੇ ਆ ਤੇ ਫਿਰ ਇਹਦੀ ਤਿਆਰੀ ਕਰਨਗੇ ਜੀ ਠੀਕ ਹੈ ਜੀ ਤੇ ਕੱਲੇ ਕੱਲੇ ਪਾਰਟ ਨੂੰ ਚੈੱਕ ਕੀਤਾ ਜਾਏਗਾ ਠੀਕ ਹੈ ਠੀਕ ਹੈ ਜਿਹੜੇ ਹੈਗੇ ਆ ਰੰਗ ਨੂੰ ਲੱਗਦਾ ਵਾ ਹਰ ਬੰਦੇ ਨੂੰ ਪੂਰਾ ਇਜ਼ਤਮਾਨ ਦਿੰਦੇ ਆ ਪੂਰਾ ਹਾਂਜੀ ਹਾਂਜੀ ਦੇਣ ਦੇ ਨਾਲ ਗੱਲ ਹੈ ਕਿ ਅਸੀਂ ਇੱਕ ਆਪਣੇ ਬੰਦਿਆਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਦੇਖਾਂਗੇ ਨਾ ਜੀ ਹਾਂਜੀ ਬੰਦੇ ਵੀ ਇੱਕ ਸਮਝਾ ਕੇ ਹਾਂ ਬਾਕੀ ਅਸੀਂ ਇੱਕ ਪਰਿਵਾਰ ਦਾ ਹਿੱਸਾ ਹੈਗੇ ਆ ਟੀਮ ਵਰਕ ਹੁੰਦਾ ਸਾਰਾ ਟੀਮ ਵਰਕ ਇਹ ਸਾਡੇ ਪਰਿਵਾਰ ਦਾ ਹਿੱਸਾ ਹੈ ਜੀ 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 ਸਾਡੇ ਪਰਿਵਾਰ ਦੇ ਨਾਲ ਚੱਲਣ ਵਾਲੇ ਹੈਗੇ ਆ ਜਿੱਦਾਂ ਵੀ ਆ ਇਹਨਾਂ ਦੇ ਦੁੱਖ ਤੋਂ ਕਿ ਸਾਡੇ ਨਾਲ ਇਹ ਨਹੀਂ ਕਿ ਅਸੀਂ ਸਾਡੇ ਨਾਲ ਇਹਨਾਂ ਦਾ ਕੰਮ ਦੇ ਨਾਲ ਮਤਲਬ ਨਹੀਂ ਸਾਨੂੰ ਇਹਨਾਂ ਦੇ ਪਰਿਵਾਰਾਂ 'ਚ ਵੀ ਦੁੱਖ ਸੁੱਖ ਕੋਈ ਹੋਵੇ ਤੇ ਅਸੀਂ ਉਹਨਾਂ ਨਾਲ ਸਾਂਝ ਪਾਉਂਦੇ ਹਾਂ ਜਿੱਦਾਂ ਫੈਮਿਲੀ ਰਿਲੇਸ਼ਨ ਸਾਰੇ ਇਦਾਂ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਹਾਂਜੀ ਹਾਂਜੀ ਕੋਈ ਉਹਨਾਂ ਦੀ ਪਰਸਨਲ ਪ੍ਰੋਬਲਮ ਹੋਵੇ ਜਾਂ ਅੱਗੋਂ ਕੋਈ ਰਿਸ਼ਤੇਦਾਰਾਂ 'ਚ ਹਾਂਜੀ 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 ਵੀ ਇਹੀ ਆਪਾਂ ਇੱਕ ਪਰਿਵਾਰ ਦਾ ਹਿੱਸਾ ਕਰਕੇ ਚੱਲਦੇ ਆ ਇਹਨਾਂ ਦੇ ਨਾਲ ਸਾਰੇ ਹੀ ਨਾਮ ਵੀ ਇੱਥੇ ਹੋਈ ਹੈ ਨਾ ਸਾਨੂੰ ਕੋਈ ਇਹ ਨਹੀਂ ਹੁੰਦਾ ਕਿ ਵਰਕਸ਼ਾਪ 'ਚ ਕੋਈ ਨਹੀਂ ਹੈਗਾ ਕੰਮ ਕਿੱਦਾਂ ਚੱਲੇਗਾ ਕੋਈ ਦਿੱਕਤ ਨਹੀਂ ਆਪੇ ਵਰਕਸ਼ਾਪ ਦੇਖਦੇ ਹੈਗੇ ਠੀਕ ਹੈ ਠੀਕ ਹੈ ਆਪੇ ਦੇਖਦੇ ਹੈ ਹਾਂਜੀ ਕਸਟਮਰ ਦੀਆਂ ਜੋ ਜੋ ਆਈਆਂ ਹੋਈਆਂ ਸਾਰੀਆਂ ਪੈਕ ਕਰਕੇ ਵੱਖਰੇ ਵੱਖਰੇ ਰੱਖੀਆਂ ਹੋਈਆਂ ਜੀ ਸਾਡੇ ਕੋਲ ਇਹ ਹੁੰਦਾ ਕਿ ਸਾਡੇ ਕੋਈ ਜਿੰਨਾ ਮਰਜ਼ੀ ਦੇਰ ਹੋ ਜਾਵੇ ਉਹਨੇ ਸਾਡੇ ਕੰਮ ਹੁੰਦਾ ਕਿ 2 ਮਹੀਨੇ ਤੱਕ ਕਸਟਮਰ ਚੀਜ਼ ਲੈ ਜਾਵੇ ਹਾਂਜੀ ਕੋਈ ਵੀ ਜਦੋਂ ਕੁਆਲਿਟੀ ਹੈਗੀ ਤਾਂ ਪੈਕ ਕਰਕੇ ਜਾਣੀ ਸਾਰੀ ਚੈੱਕ ਹੋ ਕੇ ਫਿਰ ਜਾਣਾ ਜੀ ਠੀਕ ਹੈ ਜੀ ਹਾਂਜੀ ਅੱਛਾ
ਸਟਿਕਰਿੰਗ ਕਰਦੇ ਸਾਰੇ ਸਾਰੇ ਕਰਕੇ ਹਾਂਜੀ ਸਾਰੇ ਕਰ ਰਹੇ ਹਾਂਜੀ ਬਸ ਉੱਤੇ ਮਕੈਨਿਕ ਨੇ ਫਿੱਟ ਕਰਨਾ ਬਸ ਕੁਝ ਨਹੀਂ ਕਰਨਾ ਸਰ ਬਿਲਕੁਲ ਕਸਟਮਰ ਨੂੰ ਪੁੱਛ ਲੈਣਾ ਤੁਸੀਂ ਕਿਹਦਾ ਤਿਆਰ ਕਰਨਾ ਕਲਾਸੀ ਕਰਨਾ ਸਟੈਂਡਰਡ ਕਰਨਾ ਜੀ ਜੀ ਬਾਕੀ ਸਾਡੇ ਕੋ ਸਾਰੇ ਬੰਦੇ ਦੂਰੋਂ ਦੂਰੋਂ ਗੱਡੀਆਂ ਲੈ ਛੱਡ ਕੇ ਜਾਂਦੇ ਆ ਲੈ ਕੇ ਜਾਂਦੇ ਆ ਬਾਕੀ ਸਾਡੀ ਪ੍ਰੈਫਰੈਂਸ ਇਹੀ ਹੁੰਦੀ ਹੈ ਕਿ ਕਸਟਮਰ ਆਪ ਗੱਡੀ ਦੇ ਜਾਵੇ ਤੇ ਆਪ ਲੈ ਜਾਵੇ ਉਹਦੇ ਵਿੱਚ ਕੀ ਹੁੰਦਾ ਜਦੋਂ ਕਸਟਮਰ ਗੱਡੀ ਲੈ ਕੇ ਜਾਂਦੇ ਰਾਸਤੇ 'ਚ ਕੋਈ ਡੈਮੇਜ ਡੂਮੇਜ ਨਾ ਹੋ ਜਾਵੇ ਸਮਾਨ ਅਗਰ ਬੱਸੇ ਭੇਜਦੇ ਨੇ ਕਿਤੇ ਵੀ ਭੇਜਦੇ ਆ ਉਹ ਡੈਮੇਜ ਹੋਣ ਦਾ ਚਾਂਸ ਹੁੰਦੇ ਆ ਕਿਉਂਕਿ ਇੰਨੇ ਪੈਸੇ ਲਾਏ ਜੇ ਬੰਦਾ ਥੋੜਾ ਸਾਂਭ ਸੁਣਾ ਕੇ ਲੈ ਜਾਵੇ ਤਾਂ ਫੇਰ ਹੀ ਚੰਗਾ ਹੁੰਦਾ ਜੀ ਜੀ ਭਾਜੀ ਆਪਣਾ ਫੋਨ ਨੰਬਰ ਮਾੜਾ ਦੇ ਦੇਵੇਂ ਇੱਕ ਵਾਰੀ ਵਿੱਚ ਮਾੜਾ ਜੀ 9813530 ਹਾਂਜੀ ਮੈਂ ਫੋਨ ਥੱਲੇ ਵੀ ਪਾ ਦਿਆਂਗਾ ਇਹ ਸਾਡੀ ਸਾਰੀ ਹੁਣ ਟੂਕੇ ਦੀ ਮਤਲਬ ਕਿ ਗਰਾਊਂਡ ਸ਼ੁਰੂ ਹੋਣ ਲੱਗਿਆ ਜੀ ਕੰਮ ਸਾਰਾ ਟੂਕੇ ਦਾ ਹਾਂਜੀ ਇੱਥੇ ਸਾਰਾ ਇੱਥੇ ਬੇਸ ਕੋਟ ਲੱਗੇਗਾ ਜੀ ਇੱਕ ਬਾਅਦ ਇੱਥੇ ਲਾਈਨਿੰਗ ਲੱਗੇਗੀ ਲਾਈਨਿੰਗ ਲਾ ਕੇ ਉਸ ਤੋਂ ਬਾਅਦ ਕਲੀਅਰ ਕੋਟ ਹੋ ਕੇ ਠੀਕ ਹੈ ਜੀ ਪ੍ਰੋਪਰ ਡਰਾਈਵਿੰਗ ਰੂਮ ਸਾਰਾ ਚਲ ਜਾਏਗਾ ਹਾਂਜੀ ਹਾਂ ਦੇਖ ਲਓ ਜੀ ਕਿਸ ਤਰ੍ਹਾਂ ਪੇਟ ਹੁੰਦਾ ਜਿਹੜੀਆਂ ਤੁਸੀਂ ਗੱਡੀਆਂ ਚਲਾਉਂਦੇ ਨੇ ਟੋਰ ਨਾਲ ਮੁੱਛਾਂ ਨੂੰ ਪੱਟ ਦੇ ਦੇਗਾ ਇੱਦਾਂ ਗੱਡੀ ਤਿਆਰ ਹੁੰਦੀ ਆ ਇੰਨਾ ਈਜ਼ੀ ਕੰਮ ਨਹੀਂ ਹੈਗਾ ਹਾਂਜੀ ਹਾਂ ਜੀ ਬਿਲਕੁਲ ਕਾਫੀ ਮਿਹਨਤ ਹੁੰਦੀ ਹੈ ਜੀ ਜੀ ਠੀਕ ਹੈ ਜੀ ਓਕੇ ਭਾਅ ਜੀ ਠੀਕ ਹੈ ਜੀ ਠੀਕ ਹੈ ਸਾਰਿਆਂ ਨੂੰ ਠੀਕ ਹੈ ਜੀ ਅਤੇ ਹੋਰ ਵੀ ਦਰਸ਼ਕੋ ਵੀ ਜੇ ਚੰਗੀ ਲੱਗਦੀ ਤਾਂ ਲਾਈਕ ਲੁਕ ਸ਼ੇਅਰ ਕਰ ਦਿਆ ਕਰੋ ਤੁਹਾਡਾ ਬਹੁਤ ਧੰਨਵਾਦ ਅਤੇ ਦੇਖੋ ਗੱਡੀਆਂ ਅਤੇ ਭਾਅ ਜੀ ਉਹਨਾਂ ਕੋਲ ਟਾਈਮ ਨਹੀਂ ਸੀ ਪਰ ਫਿਰ ਵੀ ਤੁਹਾਡਾ ਅਸੀਂ ਟਾਈਮ ਕੱਢ ਕੇ ਨਾ ਥੋੜ੍ਹਾ ਬਹੁਤ ਜਿੱਦਾਂ ਵੀ ਜਿੰਨਾ ਕੁ ਬਣਾ ਸਕੇ ਹਾਂ ਆਹ ਗੱਡੀਆਂ ਆਈਆਂ ਪਈਆਂ ਇਹ ਗੱਡੀਆਂ ਕਲਸੀ ਸਾਹਿਬ ਦੀਆਂ ਆਈਆਂ ਪਈਆਂ ਕਲਸੀ ਸਾਹਿਬ ਦੇ ਜੀ ਹਾਂਜੀ ਤਰਨ ਤਾਰਨ ਤੋਂ ਇਹ ਸਾਰੇ ਉਹਨੇ ਤਰਨ ਤਾਰਨ ਤੋਂ ਇਹ ਪੈਕ ਹੋਈਆਂ ਪਈਆਂ ਆਈਆਂ ਹੋਈਆਂ ਇਹ ਸਾਡੇ ਗੁਰਪ੍ਰੀਤ ਭਾਜੀ ਕੋਟਕਪੂਰੇ ਤੋਂ ਅੱਛਾ ਉਹਨਾਂ ਦੀਆਂ ਮੇਰ ਭਾਜੀ ਇਹ ਉਹਨਾਂ ਦੀ ਗੱਡੀਆਂ ਪਈਆਂ ਇਹ ਵੀ ਸਾਰੇ ਉਹਨਾਂ ਦੀਆਂ ਪਈਆਂ ਜੀ ਲਿਖੀ ਇੱਥੇ ਮੰਡਾਂ ਨੇ ਲਿਖੀ ਵੀ ਲਿਖੀ ਭਾਜੀ ਗੱਡੇ ਸਾਰੇ ਸਾਈਡ ਤੇ ਪਈਆਂ ਜੀ ਟੂ ਦੇ ਪਰ ਲਿਖੀ ਗਏ ਹਾਂਜੀ ਇਹ ਸਾਡਾ ਕੱਲਾ ਕੱਲਾ ਸਮਾਨ ਜੋ ਹੈਗਾ ਨਾ ਸੈਂਬਲ ਕਰਕੇ ਰੱਖੀਦਾ ਕਿ ਕਿਸੇ ਦਾ ਸਮਾਨ ਮਿਕਸ ਨਾ ਹੋਵੇ ਕਿਸੇ ਨਾਲ ਹਰ ਇੱਕ ਬੰਦੇ ਦਾ ਨਾਮ ਰੱਖ ਕੇ ਸਮਾਨ ਬੋਰੀ 'ਚ ਪਾ ਕੇ ਰੱਖੀਦਾ ਕਿ ਨਿੱਕੇ ਤੋਂ ਨਿੱਕੀ ਪੱਤੀ ਵੀ ਕਿਸੇ ਦੀ ਚੇਂਜ ਨਾ ਹੋਵੇ ਨਾ ਕਿਸੇ ਦੀ ਗਵਾਚੇ ਨਹੀਂ ਠੀਕ ਹੈ ਚਲੋ ਠੀਕ ਹੈ ਭਾਅ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ